ਦੇਖੋ ਉਹ ਲੋਕ ਨੇਗੇ ਜਿਹੜੇ ਮੈਂ ਸਮਝਦਾ ਲੋਕਤੰਤਰ ਦੇ ਕਾਤਲ ਨੇਗੇ। ਉਹਨਾਂ ਨੇ ਜਦੋਂ ਪਹਿਲਾਂ ਆਏ ਸੀਗੇ ਅਸੀਂ ਜੀ ਜਾਨ ਲਾ ਕੇ ਉਹਨਾਂ ਨੂੰ ਜਿਤਾਇਆ ਸੀਗਾ, ਪਾਰਟੀ ਦੇ ਨਾਲ ਅਸੀਂ ਪੂਰਾ ਡਟ ਕੇ ਜਿਹੜਾ ਉਹਨਾਂ ਸਾਥ ਦਿੱਤਾ ਸੀਗਾ। ਸੋ ਅੱਜ ਉਹ ਦੂਜੀ ਪਾਰਟੀ 'ਚ ਗਏ ਨੇ। ਮੈਂ ਸਮਝਦਾ ਗਾ ਬੀਜੇਪੀ ਜਿਹੜੀ ਆ ਭਾਰਤੀ ਜਨਤਾ ਪਾਰਟੀ ਆ ਇਸ ਸਮੇਂ ਉਹ ਖਰੀਦੋ ਫਰੋਖਤ 'ਚ ਲੱਗੀ ਹੋਈ ਆ। ਉਹਨਾਂ ਨੇ 10 ਸਾਲ ਦੇ ਅੰਦਰ ਭਾਰਤੀ ਜਨਤਾ ਪਾਰਟੀ ਨੇ ਕੋਈ ਵੀ ਕੰਮ ਦੇਸ਼ ਦੇ ਅੰਦਰ ਨਹੀਂ ਕੀਤਾ। ਇਹੀ ਕਾਰਨ ਆ ਕਿ ਅੱਜ ਉਹਨਾਂ ਨੂੰ ਦੂਜੀਆਂ ਪਾਰਟੀ ਦੇ ਵਿਧਾਇਕ ਖਰੀਦਣੇ ਪੈ ਰਹੇ ਨੇਗੇ, ਦੂਜੀਆਂ ਪਾਰਟੀ ਦੇ MP ਖਰੀਦਣੇ ਪੈ ਰਹੇ ਨੇ। ਜੇਕਰ ਉਹਨਾਂ ਨੇ ਕੰਮ ਕੀਤਾ ਹੁੰਦਾ ਤਾਂ ਉਹ ਆਪਣੇ ਵਰਕਰਾਂ ਨੂੰ ਟਿਕਟਾਂ ਦਿੰਦੇ, ਦੂਜੀਆਂ ਪਾਰਟੀ ਨੂੰ ਕੌਣ ਟਿਕਟਾਂ ਦੇ ਰਹੇ ਨੇ। ਸੋ ਇਹ ਮੈਂ ਸਮਝਦਾ ਗਾ ਕਿ ਬੀਜੇਪੀ ਜਿਹੜੀ ਆ ਉਹ ਅੱਜ ਖਰੀਦੋ ਫਰੋਖਤ ਇਤਰੀ ਹੋਈ ਆ, ਡਿਫੈਕਸ਼ਨ ਕਰਵਾ ਰਹੀ ਆ, ਕਿਉਂਕਿ ਬੀਜੇਪੀ ਨੇ ਦੇਸ਼ ਦੇ ਅੰਦਰ ਇੱਕ ਵੀ ਕੰਮ ਨਹੀਂ ਕੀਤਾ। ਅੱਜ ਦੇਸ਼ ਦਾ ਕਿਸਾਨ, ਪੰਜਾਬ ਦਾ ਕਿਸਾਨ, ਦੇਸ਼ ਦਾ ਕਿਸਾਨ ਅੱਜ ਬੀਜੇਪੀ ਦੇ ਖਿਲਾਫ ਆ। ਦੇਸ਼ ਦੇ ਲੋਕ ਬੀਜੇਪੀ ਦੇ ਖਿਲਾਫ ਨੇਗੇ। ਬੀਜੇਪੀ ਕੀ ਕਹਿੰਦੀ ਸੀਗੀ ਕਿ 2 ਕਰੋੜ ਨੌਕਰੀਆਂ ਹਮੇਸ਼ਾ ਹਰੇਕ ਸਾਲ ਭਾਰਤੀਆਂ ਨੂੰ ਮਿਲਣਗੀਆਂ। ਬੀਜੇਪੀ ਬੁਰੀ ਤਰ੍ਹਾਂ ਫੇਲ ਹੋਈ ਆ। ਕਿਸਾਨ ਦੀ ਆਮਦਨ ਦੁੱਗਣੀ ਕਰ ਦਾਂਗੇ ਪਰ ਲੇਕਿਨ ਕਿਸਾਨ ਧਰਨੇ ਲਾ ਰਿਹਾ ਹੈਗਾ। ਸੋ ਇੱਥੋਂ ਪਤਾ ਲੱਗਦਾ ਹੈਗਾ ਕਿ ਭਾਰਤੀ ਜਨਤਾ ਪਾਰਟੀ ਨੇ ਕੋਈ ਵੀ ਕੰਮ ਗਰਾਊਂਡ 'ਤੇ ਨਹੀਂ ਕੀਤਾ। ਇਹੀ ਕਾਰਨ ਆ ਕਿ ਅੱਜ ਉਹ ਡਿਫੈਕਸ਼ਨ ਕਰਵਾ ਰਹੀ ਆ, ਦੂਜੀਆਂ ਪਾਰਟੀਆਂ ਤੋੜਨ ਦਾ ਯਤਨ ਕਰ ਰਹੀ ਆ। ਤੁਹਾਡੇ ਵਿਧਾਇਕ ਸੀਗੇ ਸ਼ੀਤਲ ਅਰੋੜਾ, ਉਹ ਇਲਜ਼ਾਮ ਲਾ ਰਹੇ ਨੇ ਕਿ ਸਾਡੇ ਤੋਂ ਜਾਣਬੁੱਝ ਕੇ ਜਿਹੜਾ ਸਾਡੇ ਕੁਝ ਜਿਹੜੇ ਲੀਡਰ ਸੀਗੇ ਉਹ ਕਾਨਫਰੰਸ ਕਰਵਾ ਰਹੇ ਨੇ ਬੀਜੇਪੀ ਦੇ ਖਿਲਾਫ। ਦੇਖੋ ਜਦੋਂ ਉਹ ਸਾਡੀ ਪਾਰਟੀ ਸੀਗੇ ਉਦੋਂ ਕਹਿ ਰਹੇ ਸੀਗੇ ਠੀਕ ਆ, ਤੇ ਅੱਜ ਉਹ ਉਹਨਾਂ ਨੇ ਨੈਚੁਰਲ ਆ ਕੇ ਭਾਰਤੀ ਜਨਤਾ ਪਾਰਟੀ ਦੀ ਬੋਲੀ ਬੋਲਣੀ ਆ। ਜੋ ਸਕ੍ਰਿਪਟ ਭਾਰਤੀ ਜਨਤਾ ਪਾਰਟੀ ਤਿਆਰ ਕਰਦੀ ਆ, ਜੋ ਪਲਾਟ ਤਿਆਰ ਕਰਦੀ ਆ, ਉਹਦੇ ਤੇ ਬੋਲਣਾਗਾ। ਸੋ ਜੋ ਕੁਛ ਮਰਜ਼ੀ ਬੋਲੀ ਜਾਣ, ਪੰਜਾਬ ਦੇ ਲੋਕਾਂ ਦੇ ਸੱਚ ਸਾਹਮਣੇ ਆਗਾ। ਸੋ ਅਸੀਂ ਮੈਂ ਸਮਝਦਾ ਗਾ ਬਿਲਕੁਲ ਡਟ ਕੇ ਇਲੈਕਸ਼ਨ ਲੜ ਰਹੇ ਹਾਂਗੇ ਔਰ ਪੂਰਨ ਬਹੁਮਤ ਦੇ ਨਾਲ ਅਸੀਂ ਜਿਹੜੀ ਆ ਉਹ ਜਿੱਤ ਪ੍ਰਾਪਤ ਕਰਾਂਗੇ। ਉਹ ਕਹਿੰਦੇ ਕਿ ਸਾਡੇ ਕੋਲ ਬਹੁਤ ਸਾਰੀਆਂ ਚਿੱਠੀਆਂ, ਬਹੁਤ ਸਾਰੇ ਪੱਤਰ ਇਸ ਤਰ੍ਹਾਂ ਦੇ ਜਿਹੜੇ ਅਸੀਂ ਆਉਣ ਵਾਲੇ ਦਿਨਾਂ 'ਚ ਖੁਲਾਸੇ ਕਰਾਂਗੇ। ਜਿੰਨੇ ਮਰਜ਼ੀ ਖੁਲਾਸੇ ਕਰ ਲੈਣ, ਪੰਜਾਬ ਦੇ ਲੋਕਾਂ ਨੂੰ ਪਤਾ ਹੈਗਾ ਕਿ ਕਿਸ ਤਰ੍ਹਾਂ ਦੇ ਉਹ ਕਰੈਕਟਰ ਦੇ ਮਾਲਕ ਨੇਗੇ। ਪਰ ਮੈਂ ਇੰਨਾ ਜ਼ਰੂਰ ਕਹਿਣਾ ਕਿ ਭਾਰਤੀ ਜਨਤਾ ਪਾਰਟੀ ਜਿਹੜੀ ਆ ਉਹ ਦੂਜੀਆਂ ਪਾਰਟੀਆਂ ਤੋੜਨ ਦੇ ਯਤਨ ਕਰ ਰਹੀ ਆ। ਦੇਸ਼ ਦੇ ਲੋਕ ਜਿਹੜੇ ਨੇਗੇ ਉਹ ਬਿਲਕੁਲ ਬਰਦਾਸ਼ਤ ਨਹੀਂ ਕਰਨਗੇ। ਦੇਸ਼ ਦੇ ਲੋਕ ਜਿਹੜੇ ਨੇਗੇ ਉਹ ਮੂੰਹ ਤੋੜ ਜਵਾਬ ਜਿਹੜਾ ਉਹ ਭਾਰਤੀ ਜਨਤਾ ਪਾਰਟੀ ਨੂੰ ਦੇਣਗੇ। ਦੇਖੋ ਉਹ ਲੋਕ ਨੇਗੇ ਜਿਹੜੇ ਮੈਂ ਸਮਝਦਾ ਲੋਕਤੰਤਰ ਦੇ ਕਾਤਲ ਨੇਗੇ। ਉਹਨਾਂ ਨੇ ਜਦੋਂ ਪਹਿਲਾਂ ਆਏ ਸੀਗੇ ਅਸੀਂ ਜੀ ਜਾਨ ਲਾ ਕੇ ਉਹਨਾਂ ਨੂੰ ਜਿਤਾਇਆ ਸੀਗਾ, ਪਾਰਟੀ ਦੇ ਨਾਲ ਅਸੀਂ ਪੂਰਾ ਡਟ ਕੇ ਜਿਹੜਾ ਉਹਨਾਂ ਸਾਥ ਦਿੱਤਾ ਸੀਗਾ। ਸੋ ਅੱਜ ਉਹ ਦੂਜੀ ਪਾਰਟੀ 'ਚ ਗਏ ਨੇ। ਮੈਂ ਸਮਝਦਾ ਗਾ ਬੀਜੇਪੀ ਜਿਹੜੀ ਆ ਭਾਰਤੀ ਜਨਤਾ ਪਾਰਟੀ ਆ ਇਸ ਸਮੇਂ ਉਹ ਖਰੀਦੋ ਫਰੋਖਤ 'ਚ ਲੱਗੀ ਹੋਈ ਆ। ਉਹਨਾਂ ਨੇ 10 ਸਾਲ ਦੇ ਅੰਦਰ ਭਾਰਤੀ ਜਨਤਾ ਪਾਰਟੀ ਨੇ ਕੋਈ ਵੀ ਕੰਮ ਦੇਸ਼ ਦੇ ਅੰਦਰ ਨਹੀਂ ਕੀਤਾ। ਇਹੀ ਕਾਰਨ ਆ ਕਿ ਅੱਜ ਉਹਨਾਂ ਨੂੰ ਦੂਜੀਆਂ ਪਾਰਟੀ ਦੇ ਵਿਧਾਇਕ ਖਰੀਦਣੇ ਪੈ ਰਹੇ ਨੇਗੇ, ਦੂਜੀਆਂ ਪਾਰਟੀ ਦੇ MP ਖਰੀਦਣੇ ਪੈ ਰਹੇ ਨੇ। ਜੇਕਰ ਉਹਨਾਂ ਨੇ ਕੰਮ ਕੀਤਾ ਹੁੰਦਾ ਤਾਂ ਉਹ ਆਪਣੇ ਵਰਕਰਾਂ ਨੂੰ ਟਿਕਟਾਂ ਦਿੰਦੇ, ਦੂਜੀਆਂ ਪਾਰਟੀ ਨੂੰ ਕੌਣ ਟਿਕਟਾਂ ਦੇ ਰਹੇ ਨੇ। ਸੋ ਇਹ ਮੈਂ ਸਮਝਦਾ ਗਾ ਕਿ ਬੀਜੇਪੀ ਜਿਹੜੀ ਆ ਉਹ ਅੱਜ ਖਰੀਦੋ ਫਰੋਖਤ ਇਤਰੀ ਹੋਈ ਆ, ਡਿਫੈਕਸ਼ਨ ਕਰਵਾ ਰਹੀ ਆ, ਕਿਉਂਕਿ ਬੀਜੇਪੀ ਨੇ ਦੇਸ਼ ਦੇ ਅੰਦਰ ਇੱਕ ਵੀ ਕੰਮ ਨਹੀਂ ਕੀਤਾ। ਅੱਜ ਦੇਸ਼ ਦਾ ਕਿਸਾਨ, ਪੰਜਾਬ ਦਾ ਕਿਸਾਨ, ਦੇਸ਼ ਦਾ ਕਿਸਾਨ ਅੱਜ ਬੀਜੇਪੀ ਦੇ ਖਿਲਾਫ ਆ। ਦੇਸ਼ ਦੇ ਲੋਕ ਬੀਜੇਪੀ ਦੇ ਖਿਲਾਫ ਨੇਗੇ। ਬੀਜੇਪੀ ਕੀ ਕਹਿੰਦੀ ਸੀਗੀ ਕਿ 2 ਕਰੋੜ ਨੌਕਰੀਆਂ ਹਮੇਸ਼ਾ ਹਰੇਕ ਸਾਲ ਭਾਰਤੀਆਂ ਨੂੰ ਮਿਲਣਗੀਆਂ। ਬੀਜੇਪੀ ਬੁਰੀ ਤਰ੍ਹਾਂ ਫੇਲ ਹੋਈ ਆ। ਕਿਸਾਨ ਦੀ ਆਮਦਨ ਦੁੱਗਣੀ ਕਰ ਦਾਂਗੇ ਪਰ ਲੇਕਿਨ ਕਿਸਾਨ ਧਰਨੇ ਲਾ ਰਿਹਾ ਹੈਗਾ। ਸੋ ਇੱਥੋਂ ਪਤਾ ਲੱਗਦਾ ਹੈਗਾ ਕਿ ਭਾਰਤੀ ਜਨਤਾ ਪਾਰਟੀ ਨੇ ਕੋਈ ਵੀ ਕੰਮ ਗਰਾਊਂਡ 'ਤੇ ਨਹੀਂ ਕੀਤਾ। ਇਹੀ ਕਾਰਨ ਆ ਕਿ ਅੱਜ ਉਹ ਡਿਫੈਕਸ਼ਨ ਕਰਵਾ ਰਹੀ ਆ, ਦੂਜੀਆਂ ਪਾਰਟੀਆਂ ਨੂੰ ਤੋੜਨ ਦਾ ਯਤਨ ਕਰ ਰਹੀ ਆ। ਤੁਹਾਡੇ ਵਿਧਾਇਕ ਸੀਗੇ ਸ਼ੀਤਲ ਅਰੋੜਾ, ਉਹ ਇਲਜ਼ਾਮ ਲਾ ਰਹੇ ਨੇ ਕਿ ਸਾਡੇ ਤੋਂ ਜਾਣਬੁੱਝ ਕੇ ਜਿਹੜਾ ਸਾਡੇ ਕੁਝ ਜਿਹੜੇ ਲੀਡਰ ਸੀਗੇ ਉਹ ਕਾਨਫਰੰਸ ਕਰਵਾ ਰਹੇ ਨੇ ਬੀਜੇਪੀ ਦੇ ਖਿਲਾਫ। ਦੇਖੋ ਜਦੋਂ ਉਹ ਸਾਡੀ ਪਾਰਟੀ ਸੀਗੇ ਉਦੋਂ ਕਹਿ ਰਹੇ ਸੀਗੇ ਠੀਕ ਆ, ਤੇ ਅੱਜ ਉਹ ਉਹਨਾਂ ਨੇ ਨੈਚੁਰਲ ਆ ਕੇ ਭਾਰਤੀ ਜਨਤਾ ਪਾਰਟੀ ਦੀ ਬੋਲੀ ਬੋਲਣੀ ਆ। ਜੋ ਸਕ੍ਰਿਪਟ ਭਾਰਤੀ ਜਨਤਾ ਪਾਰਟੀ ਤਿਆਰ ਕਰਦੀ ਆ, ਜੋ ਪਲਾਟ ਤਿਆਰ ਕਰਦੀ ਆ, ਉਹਦੇ ਤੇ ਬੋਲਣਾਗਾ। ਸੋ ਜੋ ਕੁਛ ਮਰਜ਼ੀ ਬੋਲੀ ਜਾਣ, ਪੰਜਾਬ ਦੇ ਲੋਕਾਂ ਦੇ ਸੱਚ ਸਾਹਮਣੇ ਆਗਾ। ਸੋ ਅਸੀਂ ਮੈਂ ਸਮਝਦਾ ਗਾ ਬਿਲਕੁਲ ਡਟ ਕੇ ਇਲੈਕਸ਼ਨ ਲੜ ਰਹੇ ਹਾਂਗੇ ਔਰ ਪੂਰਨ ਬਹੁਮਤ ਦੇ ਨਾਲ ਅਸੀਂ ਜਿਹੜੀ ਆ ਉਹ ਜਿੱਤ ਪ੍ਰਾਪਤ ਕਰਾਂਗੇ। ਉਹ ਕਹਿੰਦੇ ਕਿ ਸਾਡੇ ਕੋਲ ਬਹੁਤ ਸਾਰੀਆਂ ਚਿੱਠੀਆਂ, ਬਹੁਤ ਸਾਰੇ ਪੱਤਰ ਇਸ ਤਰ੍ਹਾਂ ਦੇ ਜਿਹੜੇ ਅਸੀਂ ਆਉਣ ਵਾਲੇ ਦਿਨਾਂ 'ਚ ਖੁਲਾਸੇ ਕਰਾਂਗੇ। ਜਿੰਨੇ ਮਰਜ਼ੀ ਖੁਲਾਸੇ ਕਰ ਲੈਣ, ਪੰਜਾਬ ਦੇ ਲੋਕਾਂ ਨੂੰ ਪਤਾ ਹੈਗਾ ਕਿ ਕਿਸ ਤਰ੍ਹਾਂ ਦੇ ਉਹ ਕਰੈਕਟਰ ਦੇ ਮਾਲਕ ਨੇਗੇ। ਪਰ ਮੈਂ ਇੰਨਾ ਜ਼ਰੂਰ ਕਹਿਣਾ ਕਿ ਭਾਰਤੀ ਜਨਤਾ ਪਾਰਟੀ ਜਿਹੜੀ ਆ ਉਹ ਦੂਜੀਆਂ ਪਾਰਟੀਆਂ ਤੋੜਨ ਦੇ ਯਤਨ ਕਰ ਰਹੀ ਆ। ਦੇਸ਼ ਦੇ ਲੋਕ ਜਿਹੜੇ ਨੇਗੇ ਉਹ ਬਿਲਕੁਲ ਬਰਦਾਸ਼ਤ ਨਹੀਂ ਕਰਨਗੇ। ਦੇਸ਼ ਦੇ ਲੋਕ ਜਿਹੜੇ ਨੇਗੇ ਉਹ ਮੂੰਹ ਤੋੜ ਜਵਾਬ ਜਿਹੜਾ ਉਹ ਭਾਰਤੀ ਜਨਤਾ ਪਾਰਟੀ ਨੂੰ ਦੇਣਗੇ।